ਵਿਧਾਨ ਸਭਾ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾ ਸਮਰ ਨਿਊਜ਼ ਨਾਲ ਬਕਾਇਦਾ ਗੱਲਬਾਤ ਕਰਕੇ ਇਹ ਗੱਲ ਕਹੀ ਹੈ ਵੀ 2 ਹਫ਼ਤਿਆਂ ਵਿੱਚ ਇਸ ਮਾਮਲੇ ਦੀ ਮਨਜ਼ੂਰੀ ਦੇ ਕੇ ਪ੍ਰੋਸੀਡਿੰਗ ਜਿਹੜੀ ਹੈ ਉਹ ਕਾਰਵਾਈ ਚਲਾ ਦਿੱਤੀ ਜਾਊਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਐਲਾਨ ਕੀਤਾ ਵੀ ਬਹੁਤ ਜਲਦੀ ਇਹਦੇ ਸੰਬੰਧ ਵਿੱਚ ਸਰਕਾਰ ਵੱਲੋਂ ਪ੍ਰਵਾਨਗੀ ਦੇ ਕੇ FIR ਦੀ ਅਗਲੀ ਪ੍ਰੋਸੈਸ ਚਲਾਇਆ ਜਾਊਗਾ। ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਅੱਜ ਵਿਧਾਨ ਸਭਾ ਵਿੱਚ ਵੀ ਬਹੁਤ ਵੱਡੇ ਐਲਾਨ ਕੀਤੇ ਨੇ। ਅੱਜ ਪੰਜਾਬ ਵਿਧਾਨ ਸਭਾ ਦਾ ਆਖਰੀ ਦਿਨ ਸੀ, ਯਾਨੀ ਕਿ 3ਜਾ ਦਿਨ ਸੀਗਾ, ਅਤੇ CM ਮਾਨ ਜਦੋਂ ਪਹੁੰਚੇ ਉਸ ਤੋਂ ਬਾਅਦ CM ਮਾਨ ਨੇ ਬੇਅਦਬੀ ਵਾਲਾ ਮੁੱਦਾ, ਕਿਉਂਕਿ ਪੰਜਾਬ ਦਾ ਬਹੁਤ ਵੱਡਾ ਮੁੱਦਾ ਸੀ, ਉਹਦੇ ਉੱਪਰ CM ਮਾਨ ਨੇ ਵੱਡੀ ਜਿਹੜੀ ਵਿਚਾਰ ਚਰਚਾ ਕੀਤੀ ਹੈ ਸਾਡੇ ਨਾਲ ਸਾਡੇ ਸੀਨੀਅਰ ਪੋਲੀਟੀਕਲ ਐਡੀਟਰ ਨੇ ਤਰਲੋਚਨ ਜੀ, ਕਿਵੇਂ ਦੇਖਦੇ ਹੋ ਅੱਜ ਭਗਵੰਤ ਮਾਨ ਸਾਹਿਬ ਜਦੋਂ ਪਹੁੰਚੇ ਨੇ, ਕਿਉਂਕਿ ਅੱਜ ਆਖਰੀ ਦਿਨ ਸੀਗਾ ਵਿਧਾਨ ਸਭਾ ਸੈਸ਼ਨ ਦਾ, ਬੇਅਦਬੀ ਵਾਲੇ ਮੁੱਦੇ ਨੂੰ ਕਹਿੰਦੇ ਉਠਾਇਆ ਗਿਆ? ਦੇਖੋ, ਇਹ ਬਹੁਤ ਵੱਡੀ ਖਬਰ ਹੈ ਬੇਅਦਬੀ ਵਾਲੇ ਮਾਮਲੇ 'ਚ, ਜਿਹਦੇ 'ਚ ਵਿਰੋਧੀ ਧਿਰੇ ਦੋਸ਼ ਲਾ ਰਹੀ ਸੀ ਵੀ ਪੰਜਾਬ ਸਰਕਾਰ ਖਮੋਸ਼ ਹੋ ਕੇ ਬੈਠੀ, ਇਸ ਮਾਮਲੇ 'ਚ ਅਗਲੀ ਪ੍ਰੋਸੀਡਿੰਗ ਦੀ ਪ੍ਰਵਾਨਗੀ ਨਹੀਂ ਦੇ ਰਹੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਐਲਾਨ ਕੀਤਾ ਵੀ ਬਹੁਤ ਜਲਦੀ ਇਹਦੇ ਸੰਬੰਧ ਵਿੱਚ ਸਰਕਾਰ ਵੱਲੋਂ ਪ੍ਰਵਾਨਗੀ ਦੇ ਕੇ FIR ਦੀ ਅਗਲੀ ਪ੍ਰੋਸੈਸ ਚਲਾਇਆ ਜਾਊਗਾ। ਪਰ ਉਸ ਤੋਂ ਬਾਅਦ, ਵਿਧਾਨ ਸਭਾ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾ ਸਮਰ ਨਿਊਜ਼ ਨਾਲ ਬਕਾਇਦਾ ਗੱਲਬਾਤ ਕਰਕੇ ਇਹ ਗੱਲ ਕਹੀ ਹੈ ਵੀ ਟਾਈਮ ਬੌਂਡ ਉਹਨਾਂ ਨੇ ਅੱਜ ਸਪਸ਼ਟ ਕਰ ਦਿੱਤਾ ਗੱਲਬਾਤ ਕਰਦਿਆਂ ਵੀ 2 ਹਫ਼ਤਿਆਂ ਦੇ ਵਿੱਚ ਬੇਅਦਬੀ ਕਾਂਡ ਮਾਮਲੇ 'ਚ ਜਿਹੜੀ ਚਰਚਾ ਚੱਲ ਰਹੀ ਵੀ ਪੰਜਾਬ ਸਰਕਾਰ ਚੁੱਪ ਕਰਕੇ ਬੈਠੀ, ਪ੍ਰਵਾਨਗੀ ਨਹੀਂ ਦੇ ਰਹੀ, ਮੁੱਖ ਮੰਤਰੀ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ ਵੀ 2 ਹਫ਼ਤਿਆਂ ਵਿੱਚ ਇਸ ਮਾਮਲੇ ਦੀ ਮਨਜ਼ੂਰੀ ਦੇ ਕੇ ਪ੍ਰੋਸੀਡਿੰਗ ਜਿਹੜੀ ਹੈ ਉਹ ਕਾਰਵਾਈ ਚਲਾ ਦਿੱਤੀ ਜਾਊਗੀ। ਔਰ ਇਹ ਵੀ ਉਹਨਾਂ ਨੇ ਸਪਸ਼ਟ ਕੀਤਾ ਵੀ ਜੇ ਕਿਤੇ ਕੋਈ ਵਿਰੋਧੀ ਧਿਰ ਕਹਿੰਦੀ ਦੇਰ ਹੋਈ ਹੈ, ਅਸੀਂ ਇਕੱਲਾ ਪੁਆਇੰਟ ਜਿਹੜਾ ਬਹੁਤ ਬਰੀਕੀ ਨਾਲ ਉਹਦੀ ਘੋਖ ਕਰਵਾਈ ਹੈ, ਪੜਤਾਲ ਕਰਵਾਈ ਹੈ, ਉਹ ਇਸ ਕਰਕੇ ਕਰਵਾਈ ਹੈ ਵੀ ਕੋਈ ਦੋਸ਼ੀ ਕਿਸੇ ਵੀ ਰੂਪ ਵਿੱਚ ਬਚ ਨਾ ਸਕੇ, ਜਿਹਨੂੰ ਲੈ ਕੇ ਹਰੇਕ ਤੱਥ ਦੀ ਘੋਖ ਕਰਵਾਉਣ ਤੋਂ ਬਾਅਦ ਕਈ ਨਵੇਂ ਕਲਿਊ, ਕਈ ਨਵੇਂ ਤੱਥ ਸਾਡੇ ਕੋਲ ਆਏ ਨੇ, ਉਹਨਾਂ ਨੂੰ ਵਿੱਚ ਪਾ ਕੇ ਅਤੇ ਪ੍ਰਵਾਨਗੀ ਦੇ ਦਿੱਤੀ। ਉਹਨਾਂ ਨੇ ਬਕਾਇਦਾ ਇਹ ਗੱਲ ਕਹੀ ਹੈ ਰੂਬਰੂ ਹੁੰਦਿਆਂ ਵੀ 2 ਹਫ਼ਤਿਆਂ ਵਿੱਚ ਬੇਅਦਬੀ ਕਾਂਡ ਦੇ ਮਾਮਲੇ ਦੀ ਜਾਂਚ ਲਈ ਜਿਹੜੀ ਮਨਜ਼ੂਰੀ ਹੈ, ਜਿਹੜੀ ਲੋੜੀਂਦੀ ਪ੍ਰਕਿਰਿਆ ਰਸਮ ਹੈ, ਪੰਜਾਬ ਸਰਕਾਰ ਵੱਲੋਂ ਕਰ ਦਿੱਤੀ ਜਾਊਗੀ। ਕਮਰ ਵਿਜੇ ਪ੍ਰਤਾਪ ਵੀ ਕਾਫੀ ਇਸ ਮਾਮਲੇ ਤੇ ਗਰਮ ਨਜ਼ਰ ਆਏ ਸੀ, ਉਹਨਾਂ ਨੇ ਵੀ ਵਿਧਾਇਕ ਸਾਹਿਬ ਤੋਂ ਖੁੱਲ੍ਹਾ ਟਾਈਮ ਮੰਗਿਆ ਸੀ, ਆਪਣੇ ਸਪੀਕਰ ਸਾਹਿਬ ਤੋਂ ਵੀ ਮੈਨੂੰ ਇਹਦੇ ਉੱਪਰ ਬੋਲਣ ਦਾ ਸਮਾਂ ਦਿੱਤਾ ਜਾਵੇ ਵੀ ਪਿਛਲੇ 2015 ਦਾ ਇਹ ਮਾਮਲਾ, ਉਦੋਂ ਤੋਂ ਕਹਿੰਦੇ ਮੈਂ ਇਸ ਮਾਮਲੇ ਦੇ ਉੱਪਰ ਬੋਲਦਾ ਆ ਰਿਹਾ, ਪਰ ਜਿਹੜੇ ਸਿੱਟ ਦੇ ਵਿੱਚ ਵੀ ਅਫਸਰ ਸੀਗੇ ਉਹਨਾਂ ਨੂੰ ਵੀ ਪੂਰੀ ਮਤਲਬ ਜਿਹੜੀ ਜ਼ਿਮਨੀ ਨਹੀਂ ਤਿਆਰ ਕੀਤੀ ਸੀ। ਦੇਖੋ, ਜੋ ਕੁੰਵਰ ਵਿਜੇ ਪ੍ਰਤਾਪ ਹੋਣੀ ਅੱਜ ਬੋਲੇ ਨੇ, ਲੱਗਦਾ ਵੀ ਉਹਨਾਂ ਨੇ ਉਹ ਸਾਰਾ ਇਸ ਗੱਲ 'ਤੇ ਜ਼ੋਰ ਦਿੱਤਾ ਵੀ ਜਿਹੜੀ ਮੇਰੀ ਪੜਤਾਲ ਸੀ, ਜਿਹੜੀ ਹਾਈ ਕੋਰਟ ਨੇ ਰਿਜੈਕਟ ਕਰਤੀ ਸੀ, ਰੱਦ ਕਰ ਦਿੱਤੀ ਸੀ, ਉਹਨਾਂ ਨੇ ਉਹਨੂੰ ਜਸਟੀਫਾਈ ਕਰਨ ਦਾ ਯਤਨ ਕੀਤਾ। ਔਰ ਸਪੀਕਰ ਸਾਹਿਬ ਨੂੰ ਇਹ ਬੇਨਤੀ ਵੀ ਕੀਤੀ ਵੀ ਉਹ ਰਿਪੋਰਟ ਜਿਹੜੀ ਅੱਜ ਵੀ ਪੰਜਾਬ ਪੁਲਿਸ ਦੇ ਰਿਕਾਰਡ 'ਚ ਆ ਉਹਦੇ 'ਤੇ ਚਰਚਾ ਕੀਤੀ ਜਾਵੇ। ਮੈਨੂੰ ਲੱਗਦਾ ਉਹਨਾਂ ਨੇ ਜ਼ਿਆਦਾ ਇਸ ਗੱਲ 'ਤੇ ਸਟ੍ਰੈਸ ਦਿੱਤਾ ਵੀ ਜੋ ਮੈਂ ਕਿਹਾ ਸੀ ਉਹ ਹੁਣ ਸੱਚ ਨਿਕਲ ਰਿਹਾ ਅਤੇ ਉਹਦੇ 'ਤੇ ਜਾਂਚ ਹੋਣੀ ਚਾਹੀਦੀ ਹੈ। ਪਰ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਅੱਜ ਵਿਧਾਨ ਸਭਾ ਵਿੱਚ ਵੀ ਬਹੁਤ ਵੱਡੇ ਐਲਾਨ ਕੀਤੇ ਨੇ। ਇੱਕ ਤਾਂ ਉਹਨਾਂ ਨੇ ਕਿਹਾ ਵੀ ਖੇਤੀ ਨੀਤੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਤਿਆਰ ਹੈ, ਕੋਈ ਕੱਚ ਨਹੀਂ ਉਹਦੇ 'ਚ, ਪਰ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਉਹਦੇ ਨਾਲ ਸੰਬੰਧਿਤ ਧਿਰਾਂ ਨੇ, ਕਿਸਾਨ ਯੂਨੀਅਨ ਨੇ, ਉਹਨਾਂ ਨਾਲ ਵੀ ਡਿਸਕਸ ਕੀਤਾ ਜਾਵੇ ਔਰ ਨਾਲ ਦੀ ਨਾਲ ਜਿਹੜੇ ਖੇਤੀ ਦੇ ਮਾਹਰ ਨੇ ਉਹਨਾਂ ਨਾਲ ਵੀ ਚਰਚਾ ਕਰਕੇ ਤੇ ਇਹਨੂੰ ਫਾਈਨਲ ਰੂਪ ਦਿੱਤਾ ਜਾਵੇ, ਕਿਉਂਕਿ ਸਾਰ ਆ ਗਿਆ ਖੇਤੀ
ਪੰਜਾਬ ਦੀ, ਅਤੇ ਇਹੀ ਚਾਹੁੰਦੇ ਹਾਂ ਵੀ ਇਹਨੂੰ ਪੂਰੀ ਤਰ੍ਹਾਂ ਘੋਖ ਕਰਨ ਤੋਂ ਬਾਅਦ ਹੀ ਇਹਨੂੰ ਫਾਈਨਲ ਸ਼ੇਪ ਦਿੱਤੀ ਜਾਵੇ। ਦੂਸਰਾ, ਉਹਨਾਂ ਨੇ ਐਲਾਨ ਕੀਤਾ ਵੀ ਇੰਡਸਟਰੀਅਲ ਐਡਵਾਈਜ਼ਰੀ ਕਮਿਸ਼ਨ ਬਣਾਇਆ ਜਾਵੇਗਾ। ਉਹ ਕਮਿਸ਼ਨ ਦਾ ਭਾਵ ਇਹੀ ਹੋਊਗਾ ਵੀ ਪੰਜਾਬ ਵਿੱਚ ਇੰਡਸਟਰੀ ਨੂੰ, ਉਦਯੋਗ ਨੂੰ ਕਿਵੇਂ ਜਿਹੜਾ ਮਜ਼ਬੂਤ ਕਰਨਾ, ਕਿਵੇਂ ਨਿਵੇਸ਼ ਕਰਾਉਣਾ, ਕਿਵੇਂ ਇਹਦਾ ਸਟਰਕਚਰ ਜਿਹੜਾ ਹੋਰ ਸਟਰੋਂਗ ਕਰਾਉਣਾ। ਤੀਸਰਾ, ਉਹਨਾਂ ਨੇ ਬਹੁਤ ਵੱਡਾ ਐਲਾਨ ਜਿਹੜਾ ਕੀਤਾ ਵੀ ਪੰਚਾਇਤ ਚੋਣਾਂ ਜਿਹੜਾ ਪਿੰਡ ਸਰਬਸੰਮਤੀ ਨਾਲ ਕਰਵਾਏਗਾ ਉਹਨੂੰ 5 ਲੱਖ ਰੁਪਇਆ ਕੈਸ਼ ਇਨਾਮ ਦਿੱਤਾ ਜਾਊਗਾ, ਔਰ ਜਿਵੇਂ ਪਿੰਡ ਦੀ ਲੋੜ ਹੋਊਗੀ, ਜਾਂ ਸਟੇਡੀਅਮ ਜੇ ਕਹਿਣਗੇ ਸਟੇਡੀਅਮ ਇੱਕ ਦੇਵਾਂਗੇ, ਜੇ ਕਹਿਣਗੇ ਸਕੂਲ ਤਾਂ ਸਕੂਲ ਦੇਵਾਂਗੇ। ਉਹਨਾਂ ਨੇ ਕਿਹਾ ਵੀ ਪਿੰਡਾਂ ਵਿੱਚ ਸਰਬਸੰਮਤੀ ਨੂੰ ਪ੍ਰਮੋਟ ਕਰਨ ਲਈ ਪੰਜਾਬ ਸਰਕਾਰ ਹਰੇਕ ਯਤਨ ਕਰੇਗੀ। ਨਾਲ ਦੀ ਨਾਲ ਜਿਹੜਾ ਇਹਦੇ 'ਚ ਇੱਕ ਬਿੱਲ ਵੀ ਪਾਸ ਕਰਾਇਆ, ਉਹ ਪਹਿਲਾਂ ਵੀ ਗੱਲ ਆ ਗਈ ਸੀ, ਕੈਬਨਿਟ ਨੇ ਅਪਰੂਵ ਕੀਤਾ ਸੀ ਵੀ ਹੁਣ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨਿਸ਼ਾਨ 'ਤੇ ਜਿਹੜੀ ਚੋਣ ਪੰਚਾਇਤ ਦੀ ਨਹੀਂ ਲੜੀ ਜਾਊਗੀ। ਔਰ 4 ਬਿੱਲ ਜਿਹੜੇ ਨੇ ਜਿਹਦੇ 'ਤੇ ਬਹੁਤ ਡਿਟੇਲ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਬੋਲੇ, ਉਹ ਅੱਜ ਪਾਸ ਹੋਏ ਨੇ, ਜਿਹਦੇ ਵਿੱਚੋਂ ਇੱਕ ਹੈ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਬਿੱਲ 2024, ਦੂਸਰਾ ਪੰਜਾਬ ਗੁੱਡਸ ਐਂਡ ਸਰਵਿਸ ਟੈਕਸ ਬਿੱਲ 2024, ਅਤੇ ਤੀਸਰਾ ਪੰਜਾਬ ਪੰਚਾਇਤੀ ਰਾਜ ਸੋਧਨਾ ਬਿੱਲ 2024, ਅਤੇ ਚੌਥਾ ਹੈਗਾ ਆ ਬਿੱਲ ਜਿਹੜਾ ਪੰਜਾਬ ਖੇਤੀਬਾੜੀ ਉਤਪਾਦ ਮੰਡੀਆਂ ਸੋਧਨਾ ਬਿੱਲ। ਸੋ ਇਹ ਬਿੱਲ ਪਾਸ ਕੀਤੇ ਨੇ, ਪਰ ਵੱਡੀ ਗੱਲ ਜਿਹੜੀ ਹੈ ਵੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਫ਼ ਕਰ ਦਿੱਤਾ, ਬੇਅਦਬੀਆਂ ਦੇ ਮਾਮਲੇ 'ਚ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। ਜਿਹੜੇ ਦੋਸ਼ ਲੱਗਦੇ ਸੀ ਸਰਕਾਰ 'ਤੇ ਉਹਦੇ ਬਾਰੇ ਅੱਜ ਬਹੁਤ ਕਲੀਅਰ ਕਰ ਦਿੱਤਾ, ਅਤੇ ਨਾਲ ਦੀ ਨਾਲ ਇਹ ਕਹਿ ਦਿੱਤਾ ਗੱਲ ਵੀ 2 ਹਫ਼ਤਿਆਂ ਵਿੱਚ ਜਿਹੜੀ ਉਹ ਮਨਜ਼ੂਰੀ ਹੈ, ਜਿਹੜੀ ਪ੍ਰਕਿਰਿਆ, ਜਿਹੜੀ ਰਸਮ ਹੈ ਉਹ ਪੂਰੀ ਕਰ ਦਿੱਤੀ ਜਾਊਗੀ। ਬਿਲਕੁਲ, ਜਿਹੜੇ ਵੀ ਬੇਅਦਬੀ ਮਾਮਲੇ ਨਾਲ ਜੁੜੇ, ਕਿਉਂਕਿ ਹਰੇਕ ਵਿਅਕਤੀ ਦੀ ਬੇਅਦਬੀ ਦੇ ਮਾਮਲੇ ਦੇ ਉੱਪਰ ਨਿਗਾਹ ਟਿੱਕੀ ਹੋਈ ਆ, ਪਰ ਭਗਵੰਤ ਮਾਨ ਸਾਹਿਬ ਨੇ ਇੱਕ ਵੱਡੀ ਜਿਹੜੀ ਗੱਲ ਕਹੀ ਹੈ, 2 ਹਫ਼ਤਿਆਂ ਦੇ ਵਿੱਚ ਇਸ ਦਾ ਜਿਹੜਾ ਕਿ ਨਿਚੋੜ ਕੱਢਿਆ ਜਾਊਗਾ। ਕੈਮਰਾਮੈਨ ਗਗਨ ਦੇ ਨਾਲ ਹਰਜੀਤ ਸਾਧੂ, 10 ਉਮਰ ਨਿਊਜ਼, ਚੰਡੀਗੜ੍ਹ।